लो जी सैल्फ वॉशिंग कार दे विच आ गए हां। किदा धोती जांदी है सारा प्रोसीजर दसांगे। वो कार चली आ होंडा अकॉर्ड ते आपां उहदी जगह ते जावांगे नंबर 7 ते। लो जी थोनों सारा प्रोसीजर दिखावांगे किदा किदा करना है। बंद कर दा बंद करनी पैनी चार चाबी आ पई हाँ। गड्डी वॉश करन तो पहले देख लो सारे शीशे बंद ने। गड्डी ऑफ कर दो ਹੁਣ ਬ੍ਰਸ਼ ਯੂਜ ਕਰਾਂਗੇ। ਹੁਣ ਅਸੀਂ ਪਾਣੀ ਮਾਰ ਲਾਂਗੇ ਚੰਗੀ ਤਰ੍ਹਾਂ $3 ਹੋਰ ਪਾ ਕੇ
फिनिश्ड, पैसे हो गए ख़त्म। लो जी $6 दे विच गड्डी धोती गई। तो $6 दे विच कार धोती गई, यही रिकमेंडेड आ। पहला ये आ के ਇਹਦੇ ਵਿੱਚ ਇਹ ਆ ਕਿ ਤੁਸੀਂ ਪਹਿਲੇ ਜਾਂ 3 ਮਿੰਟ ਹੋ ਨਾ, 3 ਮਿੰਟ ਦੇ ਵਿੱਚ ਉਹ ਕਰ ਲਓ ਝੱਗ ਮਾਰ ਲਓ, ਪਾਣੀ ਮਾਰ ਲਓ, ਰਿੰਸ ਕਰ ਲਓ ਕਾਰ ਨੂੰ ਚੰਗੀ ਤਰ੍ਹਾਂ, ਮੋਟੀ ਮੋਟੀ ਮੈਲ ਲਾ ਦਿਓ, ਮਿੱਟੀ ਲਾ ਦਿਓ। ਉਸ ਤੋਂ ਬਾਅਦ ਫਿਰ ਤੁਸੀਂ ਬ੍ਰਸ਼ ਯੂਜ਼ ਕਰੋ, ਕਿਉਂ ਬ੍ਰਸ਼ ਠੀਕ ਆ, ਬ੍ਰਸ਼ ਯੂਜ਼ ਕਰੋ। ਅਤੇ ਬ੍ਰਸ਼ ਯੂਜ਼ ਕਰਨ ਨਾਲ ਤੁਹਾਡਾ ਇਹ ਕਿ ਤੁਸੀਂ ਈਵਨ ਕਿ ਫੋਮ ਖਤਮ ਹੋਣ ਤੋਂ ਬਾਅਦ ਵੀ ਤੁਸੀਂ ਉਹ ਕਰ ਸਕਦੇ ਹੋ, ਬ੍ਰਸ਼ ਨੂੰ ਮਾਰੀ ਜਾ ਸਕਦੇ ਹੋ, ਤਾਂ ਉਹਦੇ ਵਿੱਚ ਹੈ ਕਿ ਉਹ ਸਹੀ ਆ, ਬੈਸਟ ਆ। ਫਿਰ ਲਾਸਟ ਜਿਹੜਾ 3 ਮਿੰਟ ਦੁਬਾਰਾ ਤੁਸੀਂ ਲਾਉਣੇ ਨੇ, 3 ਮਿੰਟ ਉਹਦੇ ਵਿੱਚ ਹੀ ਆ ਕਿ ਤੁਸੀਂ ਪਾਣੀ ਜਿਹੜੀ ਫੋਮ ਸਾਰੀ ਲਾਉਣੀ ਆ, ਫੋਮ ਲਾਉਣੀ ਆ ਅਤੇ ਫਿਰ ਕਰਨੀ ਆ। ਅਤੇ ਕਾਫੀ ਹੁਣ ਗਲਵਸ ਪਾ ਲੂੰਗਾ, ਗਲਵਸ ਨਾਲ ਗੱਲ ਬਣਨੀ ਨਹੀਂ ਹੈ, ਮੈਂ ਦੇਖਦਾ ਲੈ ਕੇ ਚਲ ਜਾਂਦਾ। ਤਾਂ ਹੁਣ ਅਸੀਂ ਵਾਈਪਰ ਯੂਜ਼ ਕਰਾਂਗੇ, ਇਹਦੇ ਨਾਲ ਇੱਕ ਛੇਤੀ ਸਾਫ਼ ਹੋ ਜੂ। ਜਿਹੜਾ ਬ੍ਰਸ਼ ਸੀ, ਕਈ ਲੋਕ ਅਵੋਇਡ ਕਰਦੇ ਨੇ ਬ੍ਰਸ਼ ਯੂਜ਼ ਕਰਨਾ, ਕਿਉਂ ਕਹਿੰਦੇ ਨੇ ਮਿੱਟੀ ਹੁੰਦੀ ਆ, ਇਹਨਾਂ ਦੇ ਬ੍ਰਸ਼ ਦੇ ਵਿੱਚ ਆਲਰੇਡੀ ਪਾਣੀ ਫਲੋ ਕਰ ਰਿਹਾ ਹੁੰਦਾ ਅਤੇ ਕਾਫੀ ਸੌਫਟ ਹੁੰਦਾ ਬ੍ਰਸ਼, ਅਤੇ ਤੁਸੀਂ ਬਿਨਾਂ ਕਿਸੇ ਹਿਚਕਿਚਾਹਟ ਦੇ ਬ੍ਰਸ਼ ਨੂੰ ਯੂਜ਼ ਕਰ ਸਕਦੇ ਹੋ। ਅਤੇ ਉਹਦੇ ਨਾਲ ਇਹ ਕਿ ਹੱਥ ਵਗੈਰਾ ਨਹੀਂ ਸੁੰਨ ਹੁੰਦੇ, ਨਹੀਂ ਤਾਂ ਪਾਣੀ ਬਹੁਤ ਠੰਡਾ ਹੁੰਦਾ, ਮੌਸਮ ਵੀ ਟੈਂਪਰੇਚਰ ਵੀ -3 ਡਿਗਰੀ ਆ, ਤਾਂ ਉਹਦੇ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ। ਅਤੇ ਇੱਦਾਂ ਹੀ ਆ, ਫਸਟ ਟਾਈਮ ਆਇਆ ਸੀ ਤਾਂ $9 ਦੇ ਵਿੱਚ ਧੋਤੀ ਕਾਰ। ਇਹ ਜਿਹੜਾ ਮੈਂ ਵਾਈਪਰ ਯੂਜ਼ ਕਰ ਰਿਹਾ ਆਈਕੀਆ ਤੋਂ ਲਿਆ ਹੋਇਆ $3 ਦਾ, ਕਾਫੀ ਸੌਫਟ ਹੈ ਇਹਦੀ ਰਬਰ, ਤਾਂ ਸਕਰੈਚ ਵੀ ਨਹੀਂ ਪਾਉਂਦੀ ਹੈਗੀ। ਇਹਦੇ ਨਾਲ ਇਹ ਕਿ ਤੁਸੀਂ ਮੋਟਾ ਮੋਟਾ ਪਾਣੀ ਲਾ ਸਕਦੇ ਹੋ, ਉਹਦੇ ਨਾਲ ਕਿ ਤੁਹਾਡਾ ਕੱਪੜਾ ਜ਼ਿਆਦਾ ਗਿੱਲਾ ਨਹੀਂ ਹੋਊਗਾ। ਅੱਜ ਵੈਸੇ ਧੁੱਪ ਵੀ ਨਿਕਲੀ ਹੋਈ ਹੈ, ਤਾਂ ਉਹਦੇ ਕਰਕੇ ਕਾਰ ਵੀ ਈਜ਼ੀਲੀ ਸੋਕ ਉਹ ਡਰਾਈ ਹੋ ਜੂਗੀ। ਲਓ ਜੀ ਹੁਣ ਮੋਟੀ ਮੋਟੀ ਤਾਂ ਹੋ ਗਈ ਆ, ਬਾਕੀ ਕਾਟਨ ਉਹਦੇ ਨਾਲ ਕਰਨੀ ਪੈਣੀ ਆ, ਟੋਵਲ ਨਾਲ। ਕੋਸ਼ਿਸ਼ ਕਰੋ ਮਾਈਕਰੋਫਾਈਬਰ ਟੋਵਲ ਲਓ, ਇਹ ਵੀ ਆਈਕੀਆ ਤੋਂ ਲਿਆ ਹੋਇਆ ਅਤੇ ਕਾਫੀ ਜਿਹੜਾ ਅਬਜ਼ੋਰਵ ਕਰੇ ਪ੍ਰੋਪਰਲੀ ਪਾਣੀ ਨੂੰ। ਕਾਫੀ ਨੀਟ ਐਂਡ ਕਲੀਨ ਹੋ ਜਾਂਦੀ ਹੈ, ਪਾਣੀ ਵੀ ਘੱਟ ਵੇਸਟ ਹੁੰਦਾ ਔਰ ਛੇਤੀ ਟਾਈਮ 'ਚ ਹੋ ਜਾਂਦੀ ਆ ਕਾਰ ਸਾਫ਼। ਜਿਹੜੀ ਆਟੋਮੈਟਿਕ ਵਾਸ਼ਿੰਗ ਆ ਉਹ ਥੋੜ੍ਹੀ ਜਿਹੀ ਮਹਿੰਗੀ ਆ, ਉਹ $25 ਦੇ ਆਸ ਪਾਸ ਆ,
$25 के आस पास ये सस्ती पै जाती है और ठीक है ये थोड़ी मेहनत भी होंगी जी दोस्तों फिर कार हो गई है वॉश हो गई है $6 $6 च इन एंड आउट कार वॉश सर्विस इतने सैल्फ सर्विस आ अपने एयरपोर्ट तो विलियम्स रोड आदि इंटरसैक्शन पर ही पेट्रो कैनेडा का फ्यूल स्टेशन उत्थे धोली आ पहला $3 सिलेक्ट करने कार्ड टैप करना या कैश पाना उस तो बाद करना उस वो 3 मिनटा के पहले मिनट के करनी है रिंस कर लेनी है मोटी मोटी जी भी आ मिट्टी ला देनी है तो जे आखिरी 2 मिनट बचे ने फोम चालू कर लेने ब्रश के नाल ब्रश के नाल करिए फिर 3 मिनट जब खत्म हो जाएंगे 2 मिनट खत्म हो गए फोम वाले तो फिर उस ब्रश को घसाई जा सकते हो कि तुम जिते भी थोड़ा लगता कि नहीं वो पहुँच पाया कि फोम तो ऑलरेडी होंगी थोड़ी थोड़ी उस निकलती रही है तो इस तरह 2 मिनट के फोम कर लो कार के उत्ते उस बाद फिर तुम $3 सिलेक्ट करो कार्ड टैप करो या अपना कैश यूज़ करो तो आखिरी जोड़े 3 मिनट ने वो पूरे पूरे होंगे ने कार जी फोम होंगी लाने लिय बिल ना बद ना घट पूरे पूरे टाइम होंगे ने एक सडान कार नू ते जे एस यू भी हो तो फिर मेरे ख्याल $3 पाने पैने ने तो इदा है तो काफ़ी चीप आ उम्मीद आ वीडियो थोड़ा हेल्प करूगी देखने लिये धन्यवाद थैंक यू सो मच।